ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਫਰਜ਼ੀ ਦਿਵਿਆਂਗਤਾ ਸਰਟੀਫਿਕੇਟ ਮਾਮਲੇ ਵਿੱਚ ਪੰਜਾਬ ਸਰਕਾਰ ਨੇ 5 ਅਧਿਕਾਰੀਆਂ ਖਿਲਾਫ ਜਾਂਚ ਦੇ ਹੁਕਮ ਦਿੱਤੇ ਹਨ। ਜਾਲੀ ਦਿਵਿਆਂਗਤਾ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਣ ਅਤੇ ਤਰੱਕੀਆਂ ਲੈਣ ਦੇ ਮਾਮਲੇ ਵਿੱਚ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਰਾਜ ਦੇ ਮਾਲ ਪੰਚਾਇਤ ਅਤੇ ਲੋਕਲ ਬਾਡੀ ਵਿਭਾਗ ਦੇ ਅਧਿਕਾਰੀ ਰਡਾਰ ਤੇ ਹਨ। 5 ਰਜਿਸਟਰਡ ਅਧਿਕਾਰੀ ਹਨ ਜਿਨ੍ਹਾਂ ਵਿਰੁੱਧ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। 3 ਨਾਇਬ ਤਹਿਸੀਲਦਾਰ, 1 ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਤੇ 1 ਕਾਰਜਕਾਰੀ ਅਫਸਰ ਸ਼ਾਮਿਲ ਹਨ। ਇਹਨਾਂ ਵਿੱਚੋਂ 1 ਵਿੱਚ ਸਾਬਕਾ ਵਿੱਤ ਮੰਤਰੀ ਦੇ ਓਐਸਡੀ ਦਾ ਨਾਮ ਵੀ ਸ਼ਾਮਿਲ ਹੈ। ਦਿਵਿਆਂਗ ਵਿਅਕਤੀਆਂ ਦੀ ਸ਼ਿਕਾਇਤ ਤੇ ਕਾਰਵਾਈ ਕੀਤੀ ਜਾ ਰਹੀ ਹੈ। ਸੂਬੇ ਵਿੱਚ ਅਜਿਹਾ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿ ਨੌਕਰੀ ਅਤੇ ਤਰੱਕੀ ਹਾਸਲ ਕਰਨ ਲਈ ਜਾਂ ਮਾਮੂਲੀ ਅਪੰਗਤਾ ਨੂੰ ਡਾਕਟਰਾਂ ਦੀ ਮਿਲੀ ਭੁਗਤ ਨਾਲ ਅਪੰਗਤਾ ਵਿਖਾ ਕੇ ਸਰਟੀਫਿਕੇਟ ਬਣਾਏ ਜਾ ਰਹੇ ਹਨ। ਹਾਲਾਂਕਿ ਅਜਿਹੇ ਮਾਮਲਿਆਂ ਦੀ ਗਿਣਤੀ ਕੁਝ ਹਜ਼ਾਰ ਦੱਸੀ ਜਾਂਦੀ ਹੈ, ਪਰ ਇਸ ਮਾਮਲੇ ਵਿੱਚ ਦਿਵਿਆਂਗ ਵਿਅਕਤੀਆਂ, ਅਨੁਸੂਚਿਤ ਜਾਤੀ ਕਰਮਚਾਰੀਆਂ ਵੱਲੋਂ ਭੇਜੀਆਂ ਗਈਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਗਈ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ 15 ਸਾਲ ਪੁਰਾਣੀਆਂ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸੇ ਤਹਿਤ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਟਰਾਂਸਪੋਰਟ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਹਦਾਇਤ ਕੀਤੀ ਹੈ ਕਿ 15 ਸਾਲ ਦੀ ਸੀਮਾ ਪਾਰ ਕਰ ਚੁੱਕੀਆਂ ਸਰਕਾਰੀ ਬੱਸਾਂ ਨੂੰ ਸਕ੍ਰੈਪ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਫਲੀਟ ਵਿੱਚ ਸ਼ਾਮਿਲ ਕੀਤਾ ਜਾ ਸਕੇ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਨਵੈਸਟ ਪੰਜਾਬ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਈਵੀ ਸੈਕਟਰ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਤਾਂ ਜੋ ਇਸ ਖੇਤਰ ਵਿੱਚ ਨਵੀਂ ਤਕਨੀਕ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਇਸ ਦੇ ਨਾਲ ਹੀ ਲਾਲਜੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਰਾਜ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਦੇ ਮਕਸਦ ਨਾਲ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਅਗਲੇ 3 ਸਾਲਾਂ ਵਿੱਚ ਲਗਭਗ 300 ਕਰੋੜ ਰੁਪਏ ਦੀਆਂ ਰਿਆਇਤਾਂ ਦੇਵੇਗੀ। ਹੁਣ ਪੰਜਾਬ ਦੇ ਸਮੂਹ ਪੈਨਸ਼ਨਰਾਂ, ਰਿਟਾਇਰ ਸਰਕਾਰੀ ਮੁਲਾਜ਼ਮਾਂ ਤੋਂ 200 ਰੁਪਏ ਪ੍ਰਤੀ ਮਹੀਨਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਕੱਟਿਆ ਜਾਵੇਗਾ। ਜ਼ਿਕਰ ਹੈ ਕਿ ਇਸ ਤੋਂ ਪਹਿਲਾਂ ਸਿਰਫ ਸਰਕਾਰੀ ਮੁਲਾਜ਼ਮਾਂ ਦਾ ਹੀ ਡਿਵੈਲਪਮੈਂਟ ਟੈਕਸ ਕੱਟਿਆ ਜਾਂਦਾ ਸੀ। ਇਹ ਡਿਵੈਲਪਮੈਂਟ ਟੈਕਸ ਪੰਜਾਬ ਭਰ ਵਿੱਚ ਸਾਰੇ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਤੇ ਲਾਗੂ ਹੋਵੇਗਾ। ਇਹ ਰਿਟਾਇਰ ਹੋਏ ਕਰਮਚਾਰੀ ਭਾਵੇਂ ਕਿਸੇ ਬੋਰਡ ਕਾਰਪੋਰੇਸ਼ਨ ਨਾਲ ਸੰਬੰਧਿਤ ਹੋਣ ਜਾਂ ਫਿਰ ਸਿੱਧੇ ਤੇ ਸਰਕਾਰ ਦੇ ਪੈਨਸ਼ਨਰ ਹੋਣ, ਹਰ ਕਿਸੇ ਤੇ ਲੱਗਣ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਦੀ ਗੋਆ ਵਿੱਚ ਕਰੀਬ 9 ਏਕੜ ਜ਼ਮੀਨ ਹੈ ਜੋ ਕਿ ਸਾਬਕਾ ਸਰਕਾਰ ਨੇ ਮਾਮੂਲੀ ਕੀਮਤ ਤੇ ਲੀਜ਼ ਤੇ ਦਿੱਤੀ ਸੀ। ਇਸ ਜ਼ਮੀਨ ਨੂੰ ਜਲਦੀ ਹੀ ਖਾਲੀ ਕਰਵਾਇਆ ਜਾਵੇਗਾ ਅਤੇ ਇਸ ਵਿੱਚ ਸ਼ਾਮਿਲ ਕਿਸੇ ਵੀ ਨੇਤਾ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਸਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਤੋਂ ਸਿਵਾਏ ਕੁਝ ਨਹੀਂ ਕੀਤਾ ਅਤੇ ਸਾਬਕਾ ਮੰਤਰੀਆਂ ਨੇ ਲੋਕਾਂ ਦਾ ਪੈਸਾ ਲੁੱਟਿਆ ਹੈ। ਹੁਸ਼ਿਆਰਪੁਰ ਨਾਲ ਸੰਬੰਧਿਤ 1 ਸਾਬਕਾ ਮੰਤਰੀ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਸਾਬਕਾ ਮੰਤਰੀਆਂ ਦੇ ਘਰ ਪੈਸੇ ਪਹੁੰਚ ਰਹੇ ਸਨ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਵਾਪਸ ਲਿਆ ਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ ਅਤੇ ਭ੍ਰਿਸ਼ਟਾਚਾਰ ਖਿਲਾਫ ਜੰਗ ਜਾਰੀ ਰਹੇਗੀ। ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਤੇ ਪ੍ਰਵਾਸੀ ਭਾਰਤੀ ਮਾਮਲੇ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਸ਼ਮੂਲੀਅਤ ਵਾਲੀ ਕੈਬਨਿਟ ਸਬ ਕਮੇਟੀ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸੂਬੇ ਦੀਆਂ ਸਾਰੀਆਂ ਪੰਚਾਇਤਾਂ ਦਾ ਦਸੰਬਰ 2023 ਤੱਕ ਦਾ ਸੋਸ਼ਲ ਆਡਿਟ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਹਨਾਂ ਨੇ ਕਿਹਾ ਕਿ ਪੰਚਾਇਤਾਂ ਦੇ ਸੋਸ਼ਲ ਆਡਿਟ ਦੀ ਇਸ ਰਿਪੋਰਟ ਨੂੰ ਜਨਤਕ ਵੀ ਕੀਤਾ ਜਾਵੇਗਾ। ਕੈਬਨਿਟ ਸਬ ਕਮੇਟੀ ਵੱਲੋਂ ਇਹ ਆਦੇਸ਼ ਪੰਜਾਬ ਭਵਨ ਵਿਖੇ ਖੇਤ ਮਜ਼ਦੂਰ ਯੂਨੀਅਨ ਨਾਲ ਮੀਟਿੰਗ ਦੌਰਾਨ ਦਿੱਤੇ ਗਏ ਹਨ। ਇਸ ਦੌਰਾਨ ਕੈਬਨਿਟ ਸਬ ਕਮੇਟੀ ਨੇ ਅਨੁਸੂਚਿਤ ਜਾਤੀਆਂ ਲਈ ਪੰਚਾਇਤੀ ਜ਼ਮੀਨ ਦੀ ਬੋਲੀ ਸੰਬੰਧੀ ਮਾਮਲੇ ਦੀ ਜਾਂਚ ਲਈ ਜੁਆਇੰਟ ਡਿਵੈਲਪਮੈਂਟ ਕਮਿਸ਼ਨਰ ਅਮਿਤ ਕੁਮਾਰ ਦੀ ਅਗਵਾਈ ਹੇਠ 1 3 ਮੈਂਬਰੀ ਕਮੇਟੀ ਬਣਾਉਣ ਦੇ ਆਦੇਸ਼ ਦਿੱਤੇ। ਪੰਜਾਬ ਮਾਲ ਵਿਭਾਗ ਦੇ ਕਈ ਭ੍ਰਿਸ਼ਟ ਅਧਿਕਾਰੀਆਂ ਦੀ ਜਾਰੀ ਹੋਈ ਸੂਚੀ ਨੂੰ ਲੈ ਕੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੱਡਾ ਬਿਆਨ ਦਿੱਤਾ ਹੈ। ਕੈਬਨਿਟ ਮੰਤਰੀ ਜਿੰਪਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾਂ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਵਿਜੀਲੈਂਸ ਕੋਲ ਆਈਆਂ ਸਨ, ਜਿਸ ਦੇ ਆਧਾਰ ਤੇ ਵਿਜੀਲੈਂਸ ਨੇ ਮੁੱਢਲੀ ਜਾਂਚ ਇਹਨਾਂ ਦੇ ਨਾਵਾਂ ਦੀ ਸੂਚੀ ਬਣਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿ ਇਸ ਕੇਸ ਨੂੰ ਮਜ਼ਬੂਤ ਕਰਨ ਲਈ ਸ਼ਿਕਾਇਤਾਂ ਦੇ ਨਾਲ ਨਾਲ ਸਬੂਤ ਵੀ ਜ਼ਰੂਰੀ ਹੁੰਦੇ ਹਨ। ਮੰਤਰੀ ਨੇ ਕਿਹਾ ਕਿ ਹੁਣ ਵਿਜੀਲੈਂਸ ਸਬੂਤ ਇਕੱਠੇ ਕਰ ਰਹੀ ਹੈ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪਿਛਲੇ 30-35 ਸਾਲਾਂ ਤੋਂ ਮਾਲ ਵਿਭਾਗ ਸਭ ਤੋਂ ਵੱਧ ਬਦਨਾਮ ਰਿਹਾ ਹੈ, ਇਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਚਰਮ ਸੀਮਾ ਤੱਕ ਪਹੁੰਚ ਗਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਵਿਭਾਗ ਵਿੱਚ ਸੁਧਾਰ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਨਿੱਤ ਨਵੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਮਾਲ ਵਿਭਾਗ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ 1 ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ। ਇਸ ਨੰਬਰ 'ਤੇ ਹੁਣ ਤੱਕ 1200 ਦੇ ਕਰੀਬ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਇਹਨਾਂ ਵਿੱਚੋਂ 600 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 1 ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਆਮ ਆਦਮੀ ਕਲੀਨਿਕਾਂ ਵਿੱਚ 5 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਏ ਜਾਣਗੇ। ਇਹ ਫੈਸਲਾ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੋ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਆਧਾਰ ਕਵਰੇਜ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ 5ਵੇਂ ਸਥਾਨ 'ਤੇ ਹੈ। ਅਜਿਹੇ ਵਿੱਚ ਹੁਣ ਬੱਚਿਆਂ ਦਾ
ਆਧਾਰ ਬਣਾਉਣ ਤੇ ਧਿਆਨ ਦਿੱਤਾ ਜਾ ਰਿਹਾ ਹੈ। ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸੂਬੇ ਵਿੱਚ 580 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣਾ ਇਲਾਜ ਕਰਵਾ ਰਹੇ ਹਨ। ਕਲੀਨਿਕਾਂ ਵਿੱਚ ਤਾਇਨਾਤ ਸਟਾਫ ਕੋਲ ਗੋਲੀਆਂ ਪਹਿਲਾਂ ਹੀ ਉਪਲਬਧ ਹਨ। ਹੁਣ ਤੱਕ ਸਿਰਫ 44% ਬੱਚਿਆਂ ਦੇ ਆਧਾਰ ਕਾਰਡ ਬਣੇ ਹਨ। ਵਿਧਾਨ ਸਭਾ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਦਾੜੀ ਵਾਲੇ ਬਿਆਨ ਤੇ ਵਿਵਾਦ ਭਖਦਾ ਜਾ ਰਿਹਾ ਹੈ। ਹੁਣ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਸ ਮੁੱਦੇ ਉੱਤੇ ਭਗਵੰਤ ਮਾਨ ਨੂੰ ਤਿੱਖੇ ਸਵਾਲ ਕੀਤੇ ਹਨ। ਉਹਨਾਂ ਨੇ ਆਪਣੇ ਫੇਸਬੁੱਕ ਸਫ਼ੇ ਉੱਤੇ ਲਿਖਿਆ ਕਿ ਮੈਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਦਸ਼ਮੇਸ਼ ਪਿਤਾ ਵੱਲੋਂ ਬਖਸ਼ੀ ਖਾਲਸਾਈ ਪਹਿਚਾਣ ਦੇ ਅਣਖਿੜਵੇਂ ਅੰਗ ਦਾੜਾ ਸਾਹਿਬ ਦੀ ਕਿਸੇ ਨਾਸਤਿਕ ਹੰਕਾਰੀ ਹੁਕਮਰਾਨ ਵੱਲੋਂ ਭਰੀ ਦੁਨੀਆਂ ਸਾਹਮਣੇ ਚਿੱਟੇ ਦਿਨ ਇਸ ਤਰ੍ਹਾਂ ਸ਼ਰੇਆਮ ਖਿੱਲੀ ਉਡਾਈ ਜਾਵੇ ਤੇ ਅਸੀਂ ਸਾਰੇ ਸਿੱਖ ਚੁੱਪ ਕਰਕੇ ਬੈਠ ਜਾਈਏ। ਸਾਰੀ ਸੰਗਤ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਇਹ ਹੈ ਗੁਰੂ ਵੱਲੋਂ ਬਖਸ਼ੇ ਪਾਵਨ ਕੰਕਾਰ ਉੱਤੇ ਖਾਲਸਾਈ ਅਣਖ ਜਿਸਦੀ ਰਾਖੀ ਲਈ ਸਿੰਘ ਪੁੱਠੀਆਂ ਖੱਲਾਂ ਤੱਕ ਲਹਾ ਗਏ ਕਿ ਦਸ਼ਮੇਸ਼ ਪਿਤਾ ਦੀ ਨਿਸ਼ਾਨੀ ਦੀ ਖੁੱਲ੍ਹੇਆਮ ਬੇਅਦਬੀ ਉੱਤੇ ਵੀ ਕੌਮ ਦਾ ਖੂਨ ਨਹੀਂ ਖੋਲਦਾ, ਜਾਂ ਫਿਰ ਹੁਣ ਇਹ ਖੂਨ ਸਿਰਫ਼ ਆਪਣੇ ਸਿਆਸੀ ਪੂਰਨ ਗੁਰਸਿੱਖ ਵਿਰੋਧੀਆਂ ਖਿਲਾਫ਼ ਕੂੜ ਪ੍ਰਚਾਰ ਕਰਨ ਲਈ ਹੀ ਖੋਲਦਾ ਹੈ। ਇੱਕ ਅਜਿਹਾ ਮੁੱਖ ਮੰਤਰੀ ਜੋ ਗੁਰੂ ਵੱਲੋਂ ਬਖਸ਼ਿਸ਼ ਕੀਤੇ ਕੰਕਾਰਾਂ ਵਿੱਚ ਯਕੀਨ ਹੀ ਨਹੀਂ ਰੱਖਦਾ ਹੋਏ, ਕੇਸਾਂ ਨੂੰ ਕਤਲ ਕਰਦਾ ਹੋਏ ਤੇ ਆਪਣੀ ਦਾੜੀ ਰੰਗ ਕੇ ਮੂੰਹ ਕਾਲਾ ਕਰਦਾ ਹੋਏ ਆਪਣੇ ਨਾਮ ਨਾਲ ਸਿੰਘ ਲਾਉਣ ਵਿੱਚ ਭੀ ਸ਼ਰਮ ਮਹਿਸੂਸ ਕਰਦਾ ਹੋਏ ਉਹ ਹੰਕਾਰੀ ਮੁੱਖ ਮੰਤਰੀ ਉਸ ਪੰਜਾਬ ਦੀ ਧਰਤੀ ਤੇ ਖਲੋ ਕੇ ਨੀ ਧੜਕ ਹੋ ਕੇ ਗੁਰੂ ਸਾਹਿਬਾਨ ਦੀ ਨਿਸ਼ਾਨੀ ਦਾੜਾ ਸਾਹਿਬ ਦਾ ਨਿਰਾਦਰ ਕਰ ਜਾਏ ਜਿਹੜਾ ਪੰਜਾਬ ਜਿਉਂਦਾ ਹੀ ਗੁਰੂ ਦੇ ਨਾਮ ਤੇ ਹੈ। ਜੇ ਇਹ ਸਭ ਕੁਝ ਬਰਦਾਸ਼ਤ ਕਰਕੇ ਭੀ ਕੌਮ ਤੇ ਇਸਦੇ ਆਗੂ ਕਾਇਰਾਣਾ ਚੁੱਪ ਧਾਰੀ ਬੈਠੇ ਹਨ ਤਾਂ ਮੈਨੂੰ ਇਹ ਸੋਚ ਕੇ ਸ਼ਰਮ ਆਉਂਦੀ ਹੈ ਕਿ ਇਹ ਲੋਕ ਆਪਣੇ ਆਪ ਨੂੰ ਗੁਰੂ ਦਾ ਸਿੱਖ ਭੀ ਅਖਵਾਉਂਦੇ ਹਨ। ਜਿਸ ਦਾੜਾ ਸਾਹਿਬ ਦੀ ਭਗਵੰਤ ਮਾਨ ਨੇ ਖਿੱਲੀ ਉਡਾਈ ਹੈ ਉਹ ਗੁਰੂ ਦੇ ਚਰਨਾਂ ਦੀ ਧੂੜ ਸਾਫ਼ ਕਰੇ ਤਾਂ ਭੀ ਉਸਦਾ ਮਾਨ ਵੱਧਦਾ ਹੈ। ਛੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲੱਗਣ ਪਰ ਖੁਦ ਆਪਣੀ ਅਣਖ ਨੂੰ ਕਤਲ ਕਰਵਾ ਕੇ ਲਲਾਰੀ ਕੋਲੋਂ ਰੰਗਵਾਉਣ ਵਾਲੇ ਕਿਸੇ ਕਲਮੂਹੇ ਖੋਦੇ ਬੰਦੇ ਨੂੰ ਕੋਈ ਸ਼ਰਮਿੰਦਾ ਥੋੜੇ ਕਰ ਸਕਦਾ ਹੈ। ਪੰਜਾਬ ਵਿੱਚ 25 ਜੂਨ ਮਗਰੋਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਿਕ 25 ਤੋਂ 29 ਜੂਨ ਦਰਮਿਆਨ ਪੰਜਾਬ ਅੰਦਰ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਵਾਰ ਮਾਨਸੂਨ ਵੀ ਪਛੜ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਤੂਫਾਨ ਬੀਪਰਜੋਏ ਕਾਰਨ 10 ਦਿਨ ਪਛੜਿਆ ਦੱਖਣ ਪੱਛਮ ਮਾਨਸੂਨ ਅੱਜ ਤੋਂ 25 ਜੂਨ ਵਿਚਾਲੇ ਮੁੰਬਈ ਪਹੁੰਚੇਗਾ। ਮੌਸਮ ਵਿਗਿਆਨੀਆਂ ਅਨੁਸਾਰ ਮਾਨਸੂਨ ਦੀ ਆਮਦਨ ਤੋਂ ਪਹਿਲਾਂ ਅਕਸਰ ਦਿਨ ਤੇ ਰਾਤਾਂ ਤਾਪਦੀਆਂ ਹਨ। ਮੌਸਮ ਦੇ ਤਾਜ਼ਾ ਅਪਡੇਟ ਮੁਤਾਬਿਕ 25 ਤੋਂ 25 ਜੂਨ ਤੋਂ ਪ੍ਰੀ ਮਾਨਸੂਨ ਉੱਤਰੀ ਪੰਜਾਬ ਦੇ ਖੇਤਰਾਂ ਵਿੱਚ ਦਸਤਕ ਦੇਵੇਗੀ। ਇਸ ਤੋਂ ਬਾਅਦ ਇਹ ਪੂਰੇ ਪੰਜਾਬ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਵੇਗੀ। ਮੌਸਮ ਵਿਭਾਗ ਦੇ ਸੂਤਰਾਂ ਮੁਤਾਬਿਕ 25 ਤੋਂ 29 ਜੂਨ ਦਰਮਿਆਨ ਪੰਜਾਬ ਦੇ 80 ਤੋਂ 90% ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਦੇਖੋ, ਵਿਜੀਲੈਂਸ ਆਪਣੇ ਢੰਗ ਦੇ ਨਾਲ ਕਾਰਵਾਈ ਕਰਦੀ ਹੈ ਔਰ ਲੋਕ ਕੰਪਲੇਂਟ ਦੇ ਤੌਰ ਦੇ ਉੱਤੇ ਵਿਜੀਲੈਂਸ ਨੂੰ ਰਜੀਵ ਰਿਹਾਨ ਜੀ ਉਹਨਾਂ ਨੇ ਲੋਕਾਂ ਨੇ ਕੰਪਲੇਂਟ ਦਿੱਤੀ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ, ਪਰ ਜਿੱਥੇ ਆਪਾਂ ਨੂੰ ਕੰਪਲੇਂਟ ਆਉਣੀ ਉੱਥੇ ਸਾਨੂੰ ਐਵੀਡੈਂਸ ਵੀ ਜ਼ਰੂਰੀ ਹੁੰਦੇ ਆ ਤੇ ਡੈਫੀਨੇਟਲੀ ਆ ਵਿਜੀਲੈਂਸ ਉਹਨਾਂ ਦੇ ਉੱਤੇ ਜੋ ਵੀ ਵਿਜੀਲੈਂਸ ਕੋ ਐਵੀਡੈਂਸ ਆਊਗੀ ਉਹਦੇ ਮੁਤਾਬਿਕ ਕਾਰਵਾਈ ਵੀ ਕਰੇ। ਅੱਜ ਜਥਿਆ ਹਰਪ੍ਰੀਤ ਜੀ ਨੇ ਬਿਆਨ ਦਿੱਤਾ ਕਿ ਮੈਂ ਦਮਦਮਾ ਸਾਹਿਬ ਦਾ ਵਿਚਾਰ ਛੱਡ ਦਿੰਦਾ ਵਾ, ਇੱਥੋਂ ਤੱਕ ਕਹਿ ਦਿੱਤਾ ਕਿ ਬਲਡੋਹਾ ਜੀ ਨੂੰ ਅਕਾਲ ਤਖਤ ਸਾਹਿਬ ਜਥੇਦਾਰ ਲਾ ਦਿਓ, ਕੀ ਕਹੋਗੇ ਜੀ? ਦੇਖੋ, ਮੈਂ SGPC ਦੇ ਜਿਹੜੇ ਬਹੁਤ ਸਾਰੇ ਮੁੱਦੇ ਆ ਇਹਨਾਂ 'ਤੇ ਜਿੰਨਾ ਘੱਟ ਬੋਲਿਆ ਜਾਵੇ ਉਹ ਥੋੜ੍ਹਾ ਆ। ਇਹ ਜਿੰਨਾ ਵੀ ਹੁਕਮਨਾਮਾ ਆ ਪਰਮਾਤਮਾ ਦਾ ਹੁਕਮਨਾਮਾ ਹੁੰਦਾ ਅਤੇ ਜਥੇਦਾਰ ਸਾਹਿਬਾਨ ਨੂੰ ਵੀ ਇਹ ਬੇਨਤੀ ਹੈ ਕਿ ਉਸ ਮਾਲਕ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਨੂੰ ਜੋ ਨਿਰਦੇਸ਼ ਹੈ, ਸਾਨੂੰ ਜੋ ਸ਼ਬਦ ਗੁਰੂ ਨੂੰ ਬਾਣੀ ਦੱਸਦੀ ਹੈ ਸਾਨੂੰ ਉੱਥੇ ਕਰਨਾ ਚਾਹੀਦਾ। ਉਹਨਾਂ ਜਥੇਦਾਰ ਸਾਹਿਬ ਦਾ ਵੀ ਆਪਣੇ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜੀ ਐਕਟ ਪਾਸ ਕੀਤਾ, ਉਹਦੇ ਵਿਰੋਧ ਦੇ ਵਿੱਚ SGPC ਦੇ ਇੱਕ ਵਫਦ ਅੱਜ ਗਵਰਨਰ ਸਾਹਿਬ ਨੂੰ ਮਿਲਣ ਜਾ ਰਿਹਾ, ਕੀ ਲੱਗਦਾ ਕਿ ਸਿਆਸਤ ਜ਼ਿਆਦਾ ਖੋਰੀ ਹੈ? ਦੇਖੋ, ਮੈਨੂੰ ਇਹ ਦੇਖੋ, ਫਰੀ ਟੂ ਏਅਰ ਜਿਹੜਾ ਸੀਗਾ ਮਾਨ ਸਾਹਿਬ ਦੇ ਨਾਲ ਡਿਸਕਲੋਜ਼ ਕੀਤਾ ਵੀ ਕਿੱਦਾਂ ਫਰੀ ਟੂ ਏਅਰ ਸੀ, ਕਿੱਦਾਂ ਇਹਨੂੰ ਕਮਰਸ਼ਲਾਈਜ਼ ਕੀਤਾ ਗਿਆ ਸੀ। ਸੋ ਇੱਥੇ ਤਾਂ ਸਾਰੀ ਅੱਜ ਸਿੱਖ ਸੰਗਤ ਜਿਹੜੀ ਹੈ ਗੁਰੂ ਮਹਾਰਾਜ ਨੂੰ ਮੰਨਣ ਵਾਲੀ ਜਿੰਨੀ ਜਨਤਾ ਹੈ ਉਹ ਤਾਂ ਬਹੁਤ ਖੁਸ਼ ਹੈ ਅਤੇ ਇਹਨਾਂ ਨੂੰ ਚਾਹੀਦਾ ਇਸ ਕਿਸਮ ਦੀ ਰਾਜਨੀਤੀ ਤੋਂ ਪਰਹੇਜ਼ ਕਰਨ ਅਤੇ ਇਸ ਗੱਲ ਦਾ ਵੈਲਕਮ ਕਰਨ ਦਾ ਜ਼ਿਆਦਾ ਬਿਹਤਰ ਹੈ ਲੋਕਾਂ 'ਚ ਇਹਨਾਂ ਦਾ ਵਿਕਾਰ ਬਣਿਆ ਰਹੇਗਾ। ਇੱਕ CM ਸਾਹਿਬ ਦੇ ਬਿਆਨ ਨੂੰ ਲੈ ਕੇ ਬੜੀ ਜਿਹੜੇ ਵਿਰੋਧੀ ਆ ਤੰਗ ਕਸ ਰਹੀ ਹੈ, ਜਿਹੜਾ ਦਾੜੀ ਨੂੰ ਲੈ ਕੇ ਬਿਆਨ ਕੀਤਾ, ਤੁਸੀਂ ਕੀ ਮੰਨਦੇ? ਨਹੀਂ, ਉਹਨਾਂ ਨੇ ਕੋਈ ਇੱਦਾਂ ਦੀ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਆਪਾਂ ਜਿੱਦਾਂ ਨੂੰ ਮਰਜ਼ੀ ਲੈ ਲਈਏ। ਉਹਨਾਂ ਨੇ ਇਹਨੂੰ ਸਿਰਫ ਇਸ ਗੱਲ ਦੇ ਨਾਲ ਜੋੜ ਕੇ ਦੇਖਿਆ ਵੀ ਸਾਨੂੰ ਜਿਹੜਾ ਹੈ ਨਾ ਸਾਡਾ ਜਿਹੜਾ ਅੰਦਰ ਸਾਫ਼ ਚਾਹੀਦਾ, ਉਹਨਾਂ ਨੇ ਇੰਨੀ CM ਸਾਹਿਬ ਨੇ ਰਿਕੁਐਸਟ ਕੀਤੀ, ਅਦਰਵਾਈਜ਼ ਹੋਰ ਕੋਈ ਗੱਲ ਨਹੀਂ। ਇੱਕ ਮੰਤਰੀ ਜੀ, ਜਿਹੜਾ ਤਹਿਸੀਲਾਂ ਦੇ ਵਿੱਚ ਪ੍ਰਾਈਵੇਟ ਬੰਦੇ ਬੜਾ ਦਲਾਲੀ ਦਾ ਕੰਮ ਕਰਦੇ ਨੇ, ਰਿਕਾਰਡ ਵੀ ਉਹਨਾਂ ਦੇ ਕੋਲ ਹੁੰਦਾ, ਇਹਨੂੰ ਲੈ ਕੇ ਕਿਸ ਤਰ੍ਹਾਂ ਰਿਐਕਸ਼ਨ ਹੋਊਗਾ? ਦੇਖੋ, ਅਸੀਂ ਦੇਖਦੇ ਪਿਛਲੇ 30-35 ਸਾਲਾਂ ਤੋਂ ਸਭ ਤੋਂ ਬਦਨਾਮ ਹਜ਼ਾਰਾਂ ਤਹਿਸੀਲਾਂ ਸੀਗੀਆਂ ਸਾਡੀਆਂ। ਅਸੀਂ ਇਹਨਾਂ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਵਟਸਐਪ ਨੰਬਰ ਜਾਰੀ ਕੀਤਾ, ਪਹਿਲੀ ਸਰਕਾਰ ਹੈ ਜਿੱਥੇ ਮਾਨ ਸਾਹਿਬ ਦਾ ਇੱਕ ਕੰਪਲੇਂਟ ਨੰਬਰ ਸੀਗਾ, ਰੈਵਨਿਊ ਡਿਪਾਰਟਮੈਂਟ ਨੇ ਇੱਕ ਵਟਸਐਪ ਨੰਬਰ ਜਾਰੀ ਕੀਤਾ, ਉਹਦੇ ਉੱਤੇ ਤੁਸੀਂ ਕੋਈ ਕੰਪਲੇਂਟ ਰਿਟਨ ਰੂਪ 'ਚ ਪਾ ਸਕਦੇ ਆ। ਹੁਣ ਤੱਕ ਸਾਡੇ ਕੋਲ 1200 ਕੰਪਲੇਂਟਾਂ ਆਈਆਂ, ਜਿਸ ਤੋਂ 600 ਤੋਂ ਜ਼ਿਆਦਾ ਮੁੱਦੇ ਹੱਲ ਕਰ ਦਿੱਤੇ ਗਏ ਹੁਣ ਤੱਕ।
और असी सरकार क्योंकि हम जन माल अदालत लान जा रहे हैं तहसीलों बैठा बैठ के लोगों को सुना लोगों की जोड़ी चर्चा सामने आऊगी उस अफसर को बुलावे। हाँ जी दसो जी की गल है। देखो एन ओ सी बहुत सारे जिदा लोकल बॉडी अर्बन डिवेलपमेंट का मुद्दा सगा लेकिन रेवन्यू का पार्ट हैगा क्योंकि एन ओ सी जी दोनों महकमे ने देनी सी असी उन्होंने चर्चा करके क्योंकि हाई कोर्ट के बंदे शायद और हाई कोर्ट की जी रूलिंग लागू करना सरकार का फर्ज होंगे उन्होंने आप बाईपास नहीं कर सकते। डेफिनेटली एक अच्छा कानून लिया की जरूरत है जो तो चर्चा और प्रचर्चा जरूरी है इन चीज़ों टाइम लग जाएगा। माल विभाग से संबंधित जोड़े मसले होंगे है ये कोर्ट और कचहरिया भी पे होंगे है उन्होंने सारिया चीज़ों मद्देनजर रख के सरकार जल्द तो जल्द भी हल की देखो एम एल ए साहब ने यदि चर्चा जी विधानसभा भी की मेरे डिपार्टमेंट उन्होंने क्वेश्चन भी लाया सी और असी आंसर भी विधानसभा दिता सगा भी साढ़े को जी तजवीज़ हद पूर्ण तौर पर कितने नहीं सी उस वेले लेकिन अज मैं कह सकता भी इन्होंने हूँ भी घर बह के मेरे ना इन्होंने यही गल की है भी साढ़े तो ये सी एम साहब न करो कहो भी आप इस चीज़ में आप कामयाबी ना करिए तो मेरी मेरे डिपार्टमेंट वालों मैं इन्होंने कहा आप आगे रेवन्यू डिपार्टमेंट ना सारे ना चर्चा करके देखा जिथे को ऑब्सटैकल्स है उन्होंने दूर करने की कोशिश करा ता कि जी थोड़ी डिमांड है बहुत चिर तो उन्होंने पूरा किया जा सके। देखो जो सरकार बनी है साड़ी मान साहब की एक भी 0% टॉलरेंस है करप्शन दे कोई भी बंदा भावें तुसी देखो पिछे साड़ी अपने पार्टी के सिगे भावें मिनिस्टर से भावें एम एल ए जिते सानू लगे भी करप्शन हो रही है असी जो उन्होंने नहीं बख्श रहे तो इन्हों असी कित्थे छड्डांगे कोई भी अफसर आ भावें जिते मर्जी बड़े अहदे ते बैठा होवे बिल्कुल नहीं बख्शा जाएगा भावें साडे चों आ भावें उधरों आ जिहड़ा भी बंदा करप्शन करेगा भावें तहसीलदार ने भावें उपरले लैवल दे ने जदों भी साड़ी कोई जाड़ थले आ गया असी बिल्कुल नहीं बख्शना और विजिलेंस ने इस चीज़ की साड़ी पूरी मैं भी बेनती लाना कि मुस्तैदी के नाल जिस तरीके एडे वे स्कैम कट के लीडर के दूजे अफसर उन्होंने सलाखा भेजा जिहड़े भी बंदे तुहाडी लिस्ट च हैगे कृपा करके जल्दी तो जल्दी इन्हां नूं आपां फौरी तौर पर इन्हां ते एक्शन करिए एक्शन करके इन्हां नूं चलदा करिए अगे तां कि पंजाब दी विच जिहड़ा करप्शन रहा तो असीं जीरो टॉलरेंस बनाया वो कामयाब हो जाए। बिल्कुल मैं इस चीज़ की मैं डिमांड करता विजिलेंस तो भी अपने मान साहब तो भी जल्दी तो जल्दी जिस तरीके होया एक्शन इन्हों जल्दी फौरी एक्शन होना चाहिए और दुध का दुध पानी का पानी लोगों के सामने आना चाहिए भी कि बंदा किस तरीके का ये काम कर रहा है। मेरी लोगों भी यही अपील है कृपा करके देखो रिश्वत लैन वाले तो अलावा पहला रिश्वत देन वाला भी उन्ना ही गुनाहगार होंगे कृपा करके तुसी काली ना करो कोई भी अपना जल्दीबाजी काम करवाने किसी अफसर इदा की कोई जो थोड़े तो कोई रिश्वत मंगता बिल्कुल मत दो मेरा खुद का नंबर सारिया तहसीलों के सारे सरकारी दफ्तर के मूहे हेल्पलाइन नंबर मेरे लिखे हुए हैं कृपा करके जोड़ा भी कोई अफसर थोड़े तो इदा की कोई या कोई भी डिमांड करता पैसे की सानू फौरी तौर पर दसो असी उत्ते एक्शन खुद करावे। उन्होंने मैंने किसी जानकारी दी है भी विरसा सिंह वलटोए ने अपनी एक वॉल के उत्ते पाया कि जथेदार लिए कथावाचक ग्रंथी या मतलब रागी होना या विद्वान होना कोई बहुता जरूरी नहीं है जथेदार दलेर होना चाहिए जथेदार हिम्मत वाला होना चाहिए तो मैं लगता है कि इस वक्त विरसा सिंह बलटोए च दलेरी हिम्मत बहुत ज़्यादा है तो मैं श्रोमणी कमेटी को कहूँगा कि वह श्री अकाल तख्त साहब की बतौर जथेदार सेवा जी विरसा सिंह बलटोए को दे दे कि जो कोई उन्होंने करवाना है करा लैन जी। देखो मैं 1900 पहले कहता कि नहरू जिहड़ा जवाहर लाल नहरू दरमियान जिहड़ा पैक्ट है उहदी उलंघना नहीं होनी चाहिए बस जी बहुत सहयोग गुरु हरगोबिंद साहब गुरु गोबिंद सिंह महाराज की सेवा अं हमेशा करते रहेंगे मैं दमदमा साहब की जायदारी तो भी सेवा मुक्त हो गया मैं तभी सेवा करते रहेंगे ले लैन जी अपने की फर्क पैदा जी उन्होंने खुशी है जी मैं कह देंगे मैं दे दांगा एक मिनट।
ਹੋਰ ਜੀ ਕੋਈ ਪੁੱਛਣਾ ਬਸ ਸਿੰਘ ਸਾਹਿਬ ਜਿਹੜਾ ਤੁਹਾਡਾ ਕਾਰਜਕਾਲ ਰਿਹਾ ਤੇ ਕਿੰਨੀਆਂ ਕਿ ਚੁਣੌਤੀਆਂ ਬੰਨੀਆਂ ਕਿੰਨੀਆਂ ਕਿ ਸਿਆਸੀ ਪਾਰਟੀ ਦੇ ਦਬਾਅ ਬੰਨਿਆ ਤੇ ਕਿੰਨੀ ਕਿ ਤੁਸੀਂ ਮੰਨਦੇ ਹੋ ਕਿ ਉਹ ਤੁਹਾਡੇ ਵਾਸਤੇ ਔਖਾ ਸੀ ਮੈਂ ਨਾ ਜੀ ਇੱਕ ਇੰਗਲੈਂਡ ਦੇ ਵਿੱਚ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਪ੍ਰੈਸ਼ਰ ਨਹੀਂ ਮੰਨਾਂਗਾ ਤੇ ਜਿੱਦੇ ਮੇਰੇ 'ਤੇ ਪ੍ਰੈਸ਼ਰ ਆਇਆ ਮੈਂ ਘਰ ਚੱਲ ਜਾਵਾਂਗਾ ਮੈਂ ਘਰੇ ਚਲਾ ਗਿਆ ਪ੍ਰੈਸ਼ਰ ਤਾਂ ਦੇਖੋ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਇੰਨੇ ਮਸਲੇ ਇੰਨੇ ਮੁੱਦੇ ਪ੍ਰੈਸ਼ਰ ਨਹੀਂ ਹੁੰਦਾ ਮੀਡੀਆ ਨੂੰ ਜਵਾਬ ਦੇਣਾ ਪ੍ਰੈਸ਼ਰ ਨਹੀਂ ਹੈ ਆਪਣੇ ਕਾਰਜਕਾਲ ਤੋਂ ਸੰਤੁਸ਼ਟ ਹੋ ਕਿਵੇਂ ਬਿਲਕੁਲ 100% 101% ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਧੰਨਵਾਦ ਕਰੂੰ ਦੇਖੋ ਅਸੀਂ ਮੈਂ ਆਪਣੀ ਜਿਹੜੀ ਐਜੂਕੇਸ਼ਨ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਵਿਦਿਆਲਿਆਂ 'ਚੋਂ ਕੀਤੀ ਹੈ ਯਾਨੀ ਮੇਵਾ ਸਿੰਘ ਜੀ ਪਿੰਡਰਾਲਿਆਂ ਨਾਲ ਰਹਿ ਕੇ ਮੈਂ ਉਹਨਾਂ ਤੋਂ ਵੀ ਵਿੱਦਿਆ ਹਾਸਲ ਕੀਤੀ ਹੈ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵੀ ਮੈਂ ਵਿੱਦਿਆ ਹਾਸਲ ਕੀਤੀ ਹੈ ਸਾਨੂੰ ਇੱਕ ਗੱਲ ਸਿਖਾਈ ਗਈ ਹੈ ਕਿਉਂਕਿ ਸ਼੍ਰੋਮਣੀ ਅਸੀਂ ਕਿਸੇ ਡੇਰੇ ਤੋਂ ਨਹੀਂ ਪੜ੍ਹੇ ਹਾਂ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਵਿਦਿਆਲਿਆਂ 'ਚੋਂ ਪੜ੍ਹੇ ਹਾਂ ਸਾਨੂੰ ਇੱਕ ਗੱਲ ਸਿਖਾਈ ਗਈ ਹੈ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਸਰਮੌਰ ਹੈ ਅੱਜ ਵੀ ਸਰਮੌਰ ਹੈ ਮੈਂ ਨਾ ਆਊਂਗਾ ਤਾਂ ਵੀ ਸਰਮੌਰ ਹੈ ਇਹ ਠੀਕ ਹੈ ਕਿ ਸੰਸਥਾਵਾਂ 'ਤੇ ਬੈਠੇ ਵਿਅਕਤੀ ਜਿਹੜੇ ਆ ਕਈ ਵਾਰੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਉਹਨਾਂ ਦੀ ਜੇ ਆਲੋਚਨਾ ਵੀ ਕਰਨੀ ਪੈਂਦੀ ਹੈ ਤਾਂ ਇਸ ਢੰਗ ਦੇ ਨਾਲ ਕਰੋ ਕਿ ਸੰਸਥਾ ਦੀ ਛਵੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਉਂ ਨਹੀਂ ਪਰਚਾ ਦਰਜ ਕਰਦੇ ਕਟਾਰੂ ਚੱਕ 'ਤੇ ਕਿਉਂ ਨਹੀਂ ਕਰਦੇ ਮਾਣੂ ਕੇ 'ਤੇ ਕਿਉਂ ਨਹੀਂ ਕਰਦੇ ਗੋਲਡੀ ਕੰਬੋਜ 'ਤੇ ਕਿਉਂ ਨਹੀਂ ਕਰਦੇ ਦੀਪ ਕੰਬੋਜ 'ਤੇ ਕਿਉਂ ਨਹੀਂ ਕਰਦੇ ਫੜ ਕੇ ਅੰਦਰ ਦਿੰਦੇ ਸਰਾਰੀ ਨੂੰ ਕਿ ਇਹ ਗੁਨਾਹਗਾਰ ਲੋਕ ਨੇਗੇ ਇਹ ਕਹਿਣਾ ਅਸੀਂ ਕਿਸੇ ਨੂੰ ਬਖਸ਼ਾ ਨਹੀਂ ਇਹ ਕਹਿਣ ਨਾ ਔਰ ਸਭ ਤੋਂ ਮਾੜੀ ਗੱਲ ਜਿਹੜੀ ਕੱਲ੍ਹ ਵਿਧਾਨ ਸਭਾ 'ਚ ਕੀਤੀ ਦਾੜੀ ਦਾ ਮਜ਼ਾਕ ਉਡਾਇਆ ਸਿੱਖਾਂ ਦਾ ਉਹ ਚੀਫ ਮਿਨਿਸਟਰ ਜਿਹਦੇ ਸਿਰ 'ਤੇ ਕੇਸ ਨਹੀਂ ਗੇ ਜਿਹੜਾ ਆਪਣੇ ਨਾਮ ਦੇ ਨਾਲ ਸਿੰਘ ਵੀ ਨਹੀਂ ਲਾਉਂਦਾ ਸ਼ਰਮ ਦਾ ਉਹ ਸਿੱਖਾਂ ਦੀ ਦਾੜੀ ਦਾ ਮਜ਼ਾਕ ਭਾਵਾਂ ਸਾਡੇ ਵਿਰੋਧੀ ਨੇ ਸੁਖਬੀਰ ਸਿੰਘ ਬਾਦਲ 100 ਵਾਰੀ ਪਰ ਤੁਸੀਂ ਦਾੜੀ ਦਾ ਮਜ਼ਾਕ ਉਡਾ ਕੇ ਸਾਰੇ ਸਿੱਖ ਕੌਮ ਦਾ ਮਜ਼ਾਕ ਉਡਾਇਆ ਔਰ ਜੋ SCPC ਦਾ ਤੁਸੀਂ ਰਾਹ ਖੋਲਿਆ ਵਾ SCPC ਦੇ ਹਾਊਸ ਨੂੰ ਭਾਵਾਂ ਕਿੱਦਾਂ ਦਾ ਵੀ ਹੈ SCPC ਇਲੈਕਟਡ ਹਾਊਸ ਆ ਦੁਨੀਆ 'ਚ ਸਿਰਫ ਸਿੱਖਾਂ ਦੇ ਕੋਲ ਇਲੈਕਟਡ ਬਾਡੀ ਆ ਉਹਦੀ ਕਨਕਰੰਸ ਤੋਂ ਬਗੈਰ ਤੁਸੀਂ 92 ਬੰਦਿਆਂ ਨੇ ਬੁਲਡੋਜ਼ ਕੀਤਾ ਲਾਓ ਕੱਲ੍ਹ ਨੂੰ ਤੁਸੀਂ ਲਾਅ ਬਣਾਓਗੇ ਕਿ ਅਸੀਂ ਚੰਡੀਗੜ੍ਹ ਤੋਂ ਬੈਠੇ SCPC ਦੇ 50 ਬੰਦੇ ਨੋਮੀਨੇਟ ਕਰਤੇ ਕੌਣ ਬੋਲੂਗਾ ਕਿਉਂ ਆਣ ਕੇ ਅਸਲ ਵਿੱਚ ਕੇਜਰੀਵਾਲ SCPC ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਵਾ ਆਹ ਉਹਦਾ ਮਨਸੂਬਾ ਵਾ ਉਹ ਸਿੱਖ ਕਦੀ ਕਬਜ਼ਾ ਨਹੀਂ ਹੋਣ ਦੇਣਗੇ ਅੱਗੇ ਇੱਕ ਵਾਰੀ ਬਣਾਇਆ ਸੀਗਾ ਸਾਧ ਸੰਗ ਬੋਰਡ ਕਿਸੇ ਨੇ ਕਬਜ਼ਾ ਅੱਜ ਤਾਈਂ ਹੋਣੀ ਤਾਂ ਹੀ ਸ਼ੁੱਡ ਸਟੱਡੀ ਹਿਸਟਰੀ ਪਰ ਮਨਸੂਬਾ ਇੱਕ ਮਿੰਟ ਯਾਰ ਤੁਸੀਂ ਗੱਲ ਹੀ ਨਹੀਂ ਕਰਨ ਦਿੰਦੇ ਯਾਰ ਤੁਸੀਂ ਆਹ ਮੁੱਦੇ ਦੀ ਗੱਲ ਕਰੀ ਅੱਜ ਦੀ ਪਲੀਜ਼ ਥੋੜਾ ਗੱਲ ਇਹ ਆ ਕਿ ਇਹ ਵੀ ਮੁੱਦਾ ਵਾ SCPC ਨੂੰ ਚੋਰ ਦਰਵਾਜ਼ੇ ਰਾਹੀਂ ਇਹ ਕਬਜ਼ਾ ਕਰਨਾ ਚਾਹੁੰਦੇ ਸਿੱਖਾਂ ਦੀ ਜਿਹੜੀ ਸਾਡੀ ਚੁਣੀ ਹੋਈ ਜਮਾਨ ਔਰ ਮੈਂ ਸਿੱਖਾਂ ਨੂੰ ਅਪੀਲ ਕਰੂੰਗਾ ਕਿ ਇਹਦੇ ਮਨਸੂਬਿਆਂ ਤੋਂ ਜਾਗ ਜਾਓ ਉੱਠੋ ਲੜੋ ਔਰ ਭਗਵੰਤ ਮਾਨ ਨੂੰ ਜਿਹੜੀ ਦਾੜੀ ਦਾ ਉਹਨੇ ਟਿੱਪਣੀ ਕੀਤੀ ਬੰਨ ਲੈਂਦੇ ਨੇ ਖੋਲ ਲੈਂਦੇ ਨੇ ਉਹ ਸ਼ਰਮ ਆਉਣੀ ਚਾਹੀਦੀ ਤੈਨੂੰ ਸਿੱਖ ਚੀਫ ਮਿਨਿਸਟਰ ਤੈਨੂੰ ਸਿੱਖਾਂ ਨੇ ਵੋਟਾਂ ਪਾਈਆਂ ਤੂੰ ਉਹਨਾਂ ਦੇ ਨਿਆਣੇ ਚੱਕ ਕੇ NSS ਫੜ ਕੇ ਅੰਦਰ ਦਿੱਤੇ ਨੇ ਆਸਾਮ ਭੇਜੇ ਨੇ ਲਾਹਨਤ ਹੈ ਯਾਰ ਤੇਰੇ ਤੇ ਮਾਫੀ ਮੰਗ ਜਿਹੜੀ ਤੁਸੀਂ ਆਹ ਦਾੜੀ ਦੇ ਉੱਤੇ ਟਿੱਪਣੀ ਕੀਤੀ ਧੰਨਵਾਦ ਸਰ ਖੈਰਾ ਸਾਹਿਬ ਜਿਹੜਾ ਤੁਹਾਡਾ ਘਰ ਆ ਜੀ ਤੁਹਾਡਾ ਤੁਹਾਡੀ ਕੋਠੀ ਆ ਉਸ ਤੋਂ ਬਾਅਦ ਜਿਹੜੇ NRI ਨੇ ਜਿਹੜੇ ਭਗਵੰਤ ਮਾਨ ਕਹਿੰਦੇ ਰਹੇ ਨੇ ਕਿ ਇੱਥੇ ਗੋਰੇ ਆ ਕੇ ਕੰਮ ਕਰਨਗੇ ਇਸ ਮਸਲੇ ਤੋਂ ਬਾਅਦ ਕੀ ਉਹਨਾਂ ਜੀ ਕਰੋ ਤੁਸੀਂ ਲਾ ਲਓ ਅੰਦਾਜ਼ਾ ਆ ਜਿਹੜਾ ਡਾਕਾ ਵੱਜਿਆ NRI ਪ੍ਰਾਪਰਟੀ ਤੇ ਇਹਦੇ ਤੋਂ ਬਾਅਦ ਕੋਈ ਕਸਰ ਰਹਿ ਗਈ ਯਾਰ ਇੱਥੇ ਗੋਰੇ ਤਾਂ ਛੱਡੋ ਜੇ NRI ਪੰਜਾਬ ਦੇ ਵਿੱਚ ਕੋ ਰਹਿ ਗਿਆ ਮੈਨੂੰ ਫੜ ਲਿਓ ਚੌਥਾ ਹਿੱਸਾ NRI ਆ ਪੰਜਾਬ ਦੇ ਵਿੱਚ ਦਿਸ ਇਜ਼ ਗ੍ਰੋਸ ਇਨਜਸਟਿਸ ਉਹ ਸਾਰੀਆਂ ਕਮੇਡੀ ਦੀਆਂ ਗੱਲਾਂ ਜੀ ਐਵੇਂ ਟੁੱਟ ਕੇ ਨੇ ਇੱਧਰ ਉੱਧਰ ਤੁਸੀਂ ਪੁੱਛਣਾ ਚਾਹੁੰਦੇ ਮੇਰੀ ਕੋਠੀ ਦਾ ਰੁੱਖ ਥੱਲੇ ਕਰ ਕੈਮਰਾ ਮੈਂ ਤਿਆਰ ਹਾਂ CBI ਲਈ ਕੱਢ ਮਾਨੂੰ ਕੋਲ ਲਿਆ ਕਰਾਂ ਕਿਸੇ ਮੈਂ ਜਵਾਬ ਦੇ ਦੇਣਾ ਤੁਹਾਨੂੰ ਮੈਂ ਜਿਹੜੇ ਮੇਰੇ ਤੇ ਇਲਜ਼ਾਮ ਲੱਗੇ ਨੇ ਰੱਤਾ ਭਰ ਵੀ ਇੰਨਾ ਵੀ ਜੇ ਨੁਕਸ ਹੋਵੇ ਹਾਂਜੀ ਮੈਂ ਜਵਾਬ ਦੇਣ ਲੈ ਚੱਲ CBI ਦੀ ਜਾਂਚ ਮੈਂ ਕਰਾਉਣਾ ਕੱਢ ਮਾਨੂੰ ਕੇ ਨੂੰ ਚਿੱਠੀ ਲਿਖਾ ਭਗਵੰਤ ਮਾਨ ਤੋਂ ਕਿ ਉਹ ਤਿਆਰ ਹੈ ਚੰਡੀਗੜ੍ਹ 'ਚ ਵੀ ਤੁਹਾਡੀ ਕੋਠੀ ਦਾ ਕੋਈ ਕਬਜ਼ੇ ਦਾ ਹੈਗਾ ਸਮਝ ਨਹੀਂ ਆਉਂਦਾ ਮੈਂ ਕੀ ਕਿਹਾ ਰੱਤਾ ਭਰ ਵੀ ਕੋਈ ਨੁਕਸ ਹੋਵੇ